ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸ਼ੁਰੂ ਕਰਦੇ ਹਾਂ ਜੀ ਸਾਡੀ ਅੱਜ ਦੀ ਕਹਾਣੀ। ਅੱਜ ਤੋਂ 22 ਕੁ ਸਾਲ ਪਹਿਲਾਂ ਮੈਂ ਅੱਜ ਦੇ ਹੀ ਦਿਨ ਆਪਣੇ ਪਰਿਵਾਰ ਨਾਲ ਕਨੇਡਾ ਆਇਆ ਸਾਂ। ਸਾਰੇ ਰਿਸ਼ਤੇਦਾਰਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਥੋੜ੍ਹੀ ਦੇਰ ਅਸੀਂ ਆਪਣੀ ਲੜਕੀ ਨਾਲ ਬੈਸਮੈਂਟ ਵਿੱਚ ਰਹੇ। ਮੈਂ ਕਿਤੇ ਹੋਰ ਜਾ ਕੇ ਰਹਿਣ ਦੀ ਸੋਚ ਹੀ ਰਿਹਾ ਸੀ ਕਿ ਮੇਰੀ ਲੜਕੀ ਦਾ ਸਹੁਰਾ ਪਰਿਵਾਰ ਮੇਰੇ ਨਾਲੋਂ ਵੀ ਜ਼ਿਆਦਾ ਕਾਹਲਾ ਸੀ। ਉਹਨਾਂ ਦੀ ਕਾਹਲ ਨੂੰ ਮੈਂ ਧਿਆਨ ਵਿੱਚ ਲਿਆ ਕੇ ਇੱਕ ਦਿਨ ਆਪਣੀ ਪਤਨੀ ਨੂੰ ਕਿਹਾ, ਬਖਸੀਸ ਕੁਰੇ, ਆਪਾਂ ਨੂੰ ਰਹਿਣ ਦੀ ਕਿਤੇ ਹੋਰ ਜਗ੍ਹਾ ਦੇਖ ਲੈਣੀ ਚਾਹੀਦੀ ਆ। ਮੈਂ ਤਾਂ ਜੀ ਆਪ ਤੁਹਾਨੂੰ ਇਹ ਕਹਿਣ ਨੂੰ ਫਿਰਦੀ ਸੀ। ਬਖਸੀਸ ਕੌਰ ਹੌਕਾ ਜਿਹਾ ਲੈ ਕੇ ਬੋਲੀ, ਕਿੰਦੀ ਦੀ ਸੱਸ ਤਾਂ ਕੁਝ ਨਾ ਕੁਝ ਸੁਣਾਉਂਦੀ ਰਹਿੰਦੀ ਆ। ਮੈਨੂੰ ਪਤਾ ਉਹ ਇਹੀ ਅਹਿਸਾਨ ਜਤਾਉਂਦੀ ਰਹਿੰਦੀ ਆ ਕਿ ਅਸੀਂ ਤੁਹਾਨੂੰ ਸੱਦਿਆ। ਮੈਂ ਕੁੜਮਾਂ ਵੱਲੋਂ ਦਿੱਤੇ ਪੁਰਾਣੇ ਸੋਫੇ ਉੱਪਰ ਬੈਠਦੇ ਕਿਹਾ, ਜੇ ਆਪਣਾ ਗੋਗੀ ਉਸ ਕੁੜੀ ਨੂੰ ਮੰਨ ਜਾਵੇ ਜਿਹਦੀ ਆ ਦੱਸ ਪਾਉਂਦੇ ਰਹਿੰਦੇ ਨੇ, ਆਪੇ ਇਹਨਾਂ ਦਾ ਅਹਿਸਾਨ ਉਤਰ ਜੂਗਾ। ਨਾਲੇ ਜਦ ਅਸੀਂ ਕਿਰਾਇਆ ਹੀ ਦੇਣਾ ਤਾਂ ਕਿਸੇ ਹੋਰ ਥਾਂ 'ਤੇ ਹੀ ਰਹਿ ਕੇ ਦੇ ਸਕਦੇ ਹਾਂ। ਪਤਨੀ ਬੋਲੀ, ਕਹਿੰਦੇ ਨਹੀਂ ਹੁੰਦੇ ਕਿ ਜੇ ਟੱਟੂ ਭਾੜੇ ਦਾ ਕਰਨਾ ਫਿਰ ਕੁੜਮਾਂ ਦਾ ਹੀ ਕਿਉਂ ਕਰਨਾ। ਉਸ ਦਿਨ ਗੋਗੀ ਸ਼ਾਮ ਨੂੰ ਕੰਮ ਤੋਂ ਆਇਆ ਤਾਂ ਮੈਂ ਕਿਹਾ, ਕਾਕਾ ਜਿਹੜੀ ਕੁੜੀ ਦਾ ਰਿਸ਼ਤਾ ਤੈਨੂੰ ਕਰਨ ਨੂੰ ਕਿੰਦੀ ਦੀ ਸੱਸ ਜ਼ੋਰ ਪਾਉਂਦੀ ਆ ਉਹਨੂੰ ਹਾਂ ਕਰ ਦੇ, ਰੋਜ਼ ਦੀ ਕਿੜਕਿੜ ਮੁੱਕੇ। ਆਹੋ ਕਾਕਾ, ਬਹੁਤ ਹੀ ਇਹ ਗੱਲ ਚਿਤਾਰਦੇ ਆ ਕਿ ਸਾਡੇ ਕਰਕੇ ਤੁਸੀਂ ਕਨੇਡਾ ਆਏ। ਪਤਨੀ ਮੇਰੀ ਗੱਲ ਦੀ ਸਹਿਮਤੀ ਲਈ ਹੁੰਗਾਰਾ ਭਰਦੀ ਬੋਲੀ, ਵਿਆਹ ਤਾਂ ਹੁਣ ਕਰਾਉਣਾ ਹੀ ਆ, ਜਿੱਥੇ ਇਹ ਕਹਿੰਦੇ ਨੇ ਉੱਥੇ ਕਰਾ ਲਾ। ਵਿਆਹ ਜੇ ਮੈਂ ਇਹਨਾਂ ਦੇ ਕਹੇ ਵੀ ਕਰਾ ਲਿਆ ਨਾ ਤਾਂ ਵੀ ਇਹਨਾਂ ਸੱਦਣ ਦਾ ਅਹਿਸਾਨ ਕਰਨੋਂ ਨਹੀਂ ਹਟਣਾ। ਗੋਗੀ ਆਪਣੀ ਮਾਂ ਕੋਲੋਂ ਚਾਹ ਦਾ ਕੱਪ ਫੜਦਾ ਬੋਲਿਆ, ਕਿੰਦੀ ਦੀ ਸੱਸ ਇੰਝ ਆਪਣੇ ਆਪ ਸਮਝਦੀ ਆ ਜਿਵੇਂ ਇੱਥੇ ਗੋਰਿਆਂ ਤੋਂ ਵੀ ਪਹਿਲਾਂ ਹੀ ਹੋਵੇ, ਆਕੜ ਦਾ ਹੀ ਨਹੀਂ ਪਤਾ ਲੱਗਦਾ ਉਹਦਾ। ਕਾਕਾ ਹੌਲੀ ਬੋਲ, ਇਹ ਕਹਿੰਦੀ ਹੋਈ ਮੇਰੀ ਪਤਨੀ ਬੇਸਮੈਂਟ ਵਾਲਾ ਦਰਵਾਜ਼ਾ ਚੈੱਕ ਕਰਨ ਤੁਰ ਪਈ ਕਿ ਚੰਗੀ ਤਰ੍ਹਾਂ ਬੰਦ ਵੀ ਆ। ਮੈਂ ਸੱਚ ਗੱਲ ਦੱਸਾਂ ਪਾਪਾ ਜੀ, ਗੋਗੀ ਨੇ ਗਰਮ ਚਾਹ ਦਾ ਘੁੱਟ ਭਰਦੇ ਕਿਹਾ, ਮੈਂ ਪੇਪਰਾਂ ਵਿੱਚ ਸੱਦ ਦਿੰਦਾ, ਮੈਨੂੰ ਇਹ ਨਕਲੀ ਜਿਹਾ ਕੰਮ ਕਰਨਾ ਚੰਗਾ ਨਹੀਂ ਲੱਗਦਾ। ਮੈਂ ਆਪਣੀ ਜ਼ਮੀਰ ਦੀ ਗੱਲ ਦੱਸਣ ਲੱਗਿਆ, ਧੋਖੇ ਨਾਲ ਕੀਤੇ ਕੰਮਾਂ ਦੇ ਨਤੀਜੇ ਬਹੁਤੇ ਚੰਗੇ ਨਹੀਂ ਨਿਕਲਦੇ। ਨਾਲੇ ਕਾਕਾ ਕੀ ਪਤਾ ਕਿੰਦੀ ਦੇ ਸਹੁਰੇ ਵੀ ਇਸ ਗੱਲ ਨਾਲ ਰਾਜ਼ੀ ਹੋਣ ਜਾਂ ਨਾ ਹੋਣ। ਮੇਰੀ ਪਤਨੀ ਨੇ ਆਪਣੀ ਸੋਚ ਦੱਸੀ, ਬੰਦੇ ਕੋਲੋਂ ਤਾਂ ਉੱਦਾਂ ਹੀ ਬਥੇਰੇ ਗਲਤ ਕੰਮ ਹੁੰਦੇ ਰਹਿੰਦੇ ਨੇ, ਇਹ ਕਾਹਦੇ ਲਈ ਕਰਨਾ। ਗੋਗੀ ਹੱਸਦਾ ਹੋਇਆ ਬੋਲਿਆ, ਜਿੱਥੇ ਬੰਦਾ ਅੱਗੇ ਗਲਤ ਕੰਮ ਕਰਦਾ ਇੱਕ ਹੋਰ ਕਰ ਲਵੇ, ਇਨਸਾਨ ਕੋਲੋਂ ਅਣਜਾਣੇ ਵਿੱਚ ਵੀ ਕਈ ਗਲਤੀਆਂ ਹੋ ਜਾਂਦੀਆਂ। ਮੈਂ ਗੋਗੀ ਨੂੰ ਸਮਝਾਉਣ ਲੱਗਿਆ, ਜਾਣ ਕੇ ਕਾਹਨੂੰ ਕਰਨੀ ਆ। ਇੱਕ ਦਿਨ ਕਿੰਦੀ ਦੀ ਸੱਸ ਤਾਂ ਨੀਮੀ ਬਾਰੇ ਵੀ ਗੱਲ ਕਰਦੀ ਸੀ। ਬਖਸੀਸ ਕੌਰ ਨਵੀਂ ਹੀ ਗੱਲ ਦੱਸਣ ਲੱਗ ਪਈ, ਨੀਮੀ ਨਾਲ ਮੇਰਾ ਭਤੀਜਾ ਲੰਘਾ ਦਿਓ, ਮੇਰੀ ਛੋਟੀ ਕੁੜੀ ਦਾ ਨਾਮ ਨਿੰਮੀ ਆ, ਉਹਦੀ ਉਮਰ ਹਜੇ ਛੋਟੀ ਹੋਣ ਕਾਰਨ ਮੈਂ ਉਸਨੂੰ ਕੰਮ ਦੀ ਥਾਂ ਪੜ੍ਹਨ ਲਾ ਦਿੱਤਾ। ਪਤਨੀ ਦੀ ਗੱਲ ਨੇ ਮੈਨੂੰ ਹੈਰਾਨ ਕਰ ਦਿੱਤਾ।
ਮੈਂ ਤਾਂ ਅਜੇ ਇੱਕ ਹੈਰਾਨੀ ਨੂੰ ਸੰਭਾਲਣ ਦਾ ਯਤਨ ਕਰ ਰਿਹਾ ਸੀ ਕਿ ਗੋਗੀ ਬੋਲ ਪਿਆ। ਬੀਜੀ, ਤੁਹਾਨੂੰ ਭੁਲੇਖਾ ਲੱਗਾ ਹੋਣਾ। ਕਿੰਦੀ ਦੀ ਸੱਸ ਦਾ ਭਤੀਜਾ ਨਹੀਂ, ਸਹੁਰੇ ਦੇ ਭਤੀਜੇ ਦੀ ਗੱਲ ਕੀਤੀ ਹੋਣੀ, ਕਿਉਂਕਿ ਇੱਕ ਦਿਨ ਮਾਸੜ ਜੀ ਨੇ ਮੇਰੇ ਨਾਲ ਆਪਣੇ ਭਤੀਜੇ ਦੀ ਗੱਲ ਕੀਤੀ ਸੀ। ਇੱਕ ਦਿਨ ਸਵੇਰੇ ਸਵੇਰੇ ਉੱਪਰੋਂ ਲੜਨ ਦੀਆਂ ਆਵਾਜ਼ਾਂ ਆਉਣ, ਮੈਂ ਤਾਂ ਲੜਾਈ ਨੂੰ ਅਣਗੋਲਿਆ ਕਰਨ ਦਾ ਯਤਨ ਕੀਤਾ, ਪਰ ਬਖਸੀਸ ਕੌਰ ਉੱਪਰੋਂ ਨੂੰ ਜਾਂਦੇ ਦਰਵਾਜ਼ੇ ਕੋਲ ਕੰਨ ਲਾ ਕੇ ਸੁਣਨ ਲੱਗੀ। ਮੇਰਾ ਧਿਆਨ ਤਾਂ ਗੁਰਵਿੰਦਰ ਸਿੰਘ ਧਾਲੀਵਾਲ, ਜੋ TV ਉੱਪਰ ਪੰਥਪ੍ਰੀਤ ਦੀ ਇੰਟਰਵਿਊ ਲੈ ਰਿਹਾ ਸੀ, ਉਹਦੇ ਵੱਲ ਲੱਗਾ ਰਿਹਾ। ਛੇਤੀ ਹੀ ਬਖਸੀਸ ਕੌਰ ਮੇਰੇ ਕੋਲ ਆ ਕੇ ਕਹਿਣ ਲੱਗੀ, ਆ ਧਾਲੀਵਾਲ ਨੂੰ ਫਿਰ ਸੁਣ ਲਿਓ, ਪਹਿਲਾਂ ਮੇਰੀ ਗੱਲ ਸੁਣੋ। ਮੈਂ TV ਦੀ ਆਵਾਜ਼ ਹੌਲੀ ਕਰਦੇ ਕਿਹਾ, ਬੋਲ। ਉੱਪਰ ਤਾਂ ਕੁੜਮ ਕੁੜਮਣੀ ਆਪਸ ਵਿੱਚ ਲੜੀ ਜਾਂਦੇ ਆ। ਕਾਹਤੋਂ? ਉਹ ਕਹਿੰਦਾ ਹੈ ਮੈਂ ਆਪਣਾ ਭਤੀਜਾ ਨੀਮੀ ਨਾਲ ਲੰਘਾਉਣਾ, ਉਹ ਕਹਿੰਦੀ ਹੈ ਮੈਂ ਆਪਣਾ ਭਤੀਜਾ ਲੰਘਾਉਣਾ। ਸਾਨੂੰ ਕੀ, ਲੜਦੇ ਹਾਂ ਤਾਂ ਲੜੀ ਜਾਣ, ਆਪਾਂ ਤਾਂ ਉਹੀ ਕਰਨਾ ਜੋ ਸਾਡਾ ਜਵਾਈ ਕਹੂ। ਜਿੰਦਰ, ਸਾਡਾ ਜਵਾਈ ਵੀ ਉੱਪਰ ਆ ਗਿਆ। ਉਸਨੇ ਸਾਫ਼ ਕਹਿ ਦਿੱਤਾ ਕਿ ਨਿੰਮੀ ਨਾਲ ਕਿਸੇ ਨੂੰ ਨਹੀਂ ਲੰਘਾਉਣਾ, ਉਹਦੀ ਉਮਰ ਛੋਟੀ ਆ, ਉਹ ਪੜ੍ਹਨ ਲੱਗੀ ਆ, ਉਹਨੂੰ ਪੜ੍ਹਨ ਦਿਓ। ਗੋਗੀ ਨਾਲ ਜਿਹਨੂੰ ਲੰਘਾਉਣਾ ਲੰਘਾ ਲਓ। ਹੋਇਆ ਵੀ ਇਸੇ ਤਰ੍ਹਾਂ। ਨਿੰਮੀ ਪੜ੍ਹਦੀ ਰਹੀ ਅਤੇ ਗੋਗੀ ਦਾ ਵਿਆਹ ਜਿੱਥੇ ਸਾਡੇ ਕੁੜਮ ਚਾਹੁੰਦੇ ਸੀ ਉੱਥੇ ਹੋ ਗਿਆ। ਮੈਂ ਇੱਕ ਗੱਲ ਦੇਖੀ ਹੈ, ਜੇ ਬੰਦਾ ਧੁਰ ਅੰਦਰੋਂ ਗਲਤ ਕੰਮ ਨਾ ਕਰਨਾ ਚਾਹੁੰਦਾ ਹੋਵੇ ਤਾਂ ਰੱਬ ਉਸਨੂੰ ਬਚਾ ਹੀ ਲੈਂਦਾ। ਇਸ ਤਰ੍ਹਾਂ ਹੀ ਗੋਗੀ ਦੇ ਰਿਸ਼ਤੇ ਦੀ ਗੱਲ ਹੋਈ। ਗੋਗੀ ਕਾਗਜ਼ਾਂ ਵਿੱਚ ਕੁੜੀ ਨਾਲ ਝੂਠਾ ਵਿਆਹ ਕਰਨਾ ਚਾਹੁੰਦਾ ਸੀ, ਪਰ ਜਦੋਂ ਕੁੜੀ ਦੇਖੀ ਤਾਂ ਉਸਨੂੰ ਚੰਗੀ ਲੱਗੀ। ਕਹਿਣ ਲੱਗਿਆ, ਪਾਪਾ ਜੀ, ਝੂਠਾ ਵਿਆਹ ਕਾਹਦੇ ਲਈ ਕਰਨਾ, ਸੱਚਾ ਹੀ ਕਰ ਲੈਂਦੇ ਹਾਂ। ਮੇਰੇ ਲਈ ਤਾਂ ਬਿੱਲੀ ਭਾਣੇ ਛਿੱਕਾ ਟੁੱਟਾ ਸੀ, ਇਸ ਲਈ ਗੋਗੀ ਦਾ ਝੱਟ ਮੰਗਣੀ ਅਤੇ ਪੱਟ ਵਿਆਹ ਕਰ ਲਿਆ। ਰੱਬ ਦਾ ਸ਼ੁਕਰ, ਜਿੱਥੇ ਸਾਡੀ ਨੂੰ ਦੇਖਣ ਨੂੰ ਚੰਗੀ ਸੀ, ਉੱਥੇ ਘਰ ਦੇ ਕੰਮ ਕਾਰ ਵਿੱਚ ਵੀ ਸੁਚੱਜੀ ਅਤੇ ਅਕਲ ਵਾਲੀ ਸੀ। ਉਹ ਗਲਤ ਬੰਦੇ ਨੂੰ ਗਲਤ, ਠੀਕ ਬੰਦੇ ਨੂੰ ਠੀਕ ਮੂੰਹ 'ਤੇ ਹੀ ਕਹਿ ਦਿੰਦੀ। ਇੱਕ ਵਾਰੀ ਕਿੰਦੀ ਦੀ ਸੱਸ ਉਸ ਨਾਲੋਂ ਲੜਨੋਂ ਨਾ ਹਟੇ, ਤੀਜੇ ਕੁ ਦਿਨ ਮੂੰਹ ਜਿਹਾ ਵੱਟ ਕੇ ਬਹਿ ਜਿਆ ਕਰੇ। ਆਪਣੇ ਮੂੰਹੋਂ ਮੀਹਾਂ ਮੁੱਠੂ ਤਾਂ ਮੈਂ ਬਣਦਾ ਨਹੀਂ, ਚੰਗਾ ਨਹੀਂ ਲੱਗਦਾ, ਪਰ ਅਸੀਂ ਕਿੰਦੀ ਨੂੰ ਇਸ ਤਰ੍ਹਾਂ ਪਾਲਿਆ ਸੀ ਕਿ ਉਸ ਵਿੱਚ ਬਹੁਤ ਨਿਮਰਤਾ ਭਰੀ ਹੋਈ ਸੀ। ਹਰ ਕੰਮ ਉਸਨੂੰ ਆਉਂਦਾ ਸੀ। ਜਦੋਂ ਵੀ ਉਹਨੇ ਸਹੁਰਿਆਂ ਦੀ ਕੋਈ ਸ਼ਿਕਾਇਤ ਕਰਨੀ ਤਾਂ ਅਸੀਂ ਕਹਿਣਾ, ਹੋ ਪਰੇ ਕਰੀਦਾ, ਗੱਲ ਘਟਾਈ ਦੀ ਆ। ਬਖਸੀਸ ਕੌਰ ਨੇ ਵੀ ਇਹੀ ਕਹਿਣਾ, ਕੋਈ ਨਹੀਂ ਪੁੱਤ, ਕਹਿਣ ਦੇ ਜੋ ਕਹਿੰਦੇ ਨੇ, ਜਿੰਦਰ ਤਾਂ ਤੈਨੂੰ ਸਮਝਦਾ ਹੀ ਆ, ਪਰ ਸਾਡੀ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਬਹੁਤੇ ਹੱਕ ਵਿੱਚ ਨਹੀਂ ਸੀ। ਇੱਕ ਦਿਨ ਕਿੰਦੀ ਦੇ ਛੋਟੇ ਕਾਕੇ ਦਾ ਜਨਮ ਦਿਨ ਸੀ। ਸਾਡੀ ਨੂੰਹ ਰਾਣੀ ਰੋਟੀ ਪਾਣੀ ਦੀ ਮਦਦ ਕਰਨ ਲਈ ਕਿੰਦੀ ਕੋਲ ਚਲੀ ਗਈ। ਉਹਦੀ ਸੱਸ ਨੇ ਪਤਾ ਨਹੀਂ ਕੀ ਗੱਲ ਲਾ ਕੇ ਕੀਤੀ, ਭਾਵੇਂ ਸਾਡੀ ਨੂੰਹ ਸੀ ਤਾਂ ਉਹਨਾਂ ਦੇ ਹੀ ਰਿਸ਼ਤੇਦਾਰ, ਪਰ ਉਹ ਬੋਲ ਉੱਠੀ, ਭੂਆ ਜੀ, ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹਿੰਦੇ ਹੋ? ਭੈਣ ਜੀ ਸਾਰੇ ਕੰਮਾਂ 'ਚ ਹੁਸ਼ਿਆਰ ਆ, ਘਰ ਨੂੰ ਵੀ ਚੰਗੀ ਤਰ੍ਹਾਂ ਸੰਭਾਲਦੀ ਆ, ਆਪਣੀ ਸਭ ਜ਼ਿੰਮੇਵਾਰੀ ਨਿਭਾਉਂਦੀ ਆ, ਫਿਰ ਵੀ ਤੁਸੀਂ ਉਹਨੂੰ ਨਿੰਦਦੇ ਰਹਿੰਦੇ ਹੋ। ਇਹ ਗੱਲਾਂ ਸੁਣ ਕੇ ਸਹੁਰਾ ਵੀ ਆ ਗਿਆ। ਬਹੁਤ ਹੀ ਕ੍ਰੋਧੀ ਆਵਾਜ਼ ਵਿੱਚ ਬੋਲਿਆ, ਤੂੰ ਕੌਣ ਹੁੰਦੀ ਹੈ,
ਸਾਨੂੰ ਆਹ ਗੱਲਾਂ ਦੱਸਣ ਵਾਲੀ? ਇਹਨੇ ਤਾਂ ਸਾਡਾ ਮੁੰਡਾ ਆਪਣੇ ਮਗਰ ਲਾ ਲਿਆ, ਉਹਨੂੰ ਖਾਈ ਜਾਂਦੀ ਆ ਅਤੇ ਨਾਲੇ ਆਪਣੇ ਲਾਣੇ ਨੂੰ ਖਵਾਈ ਜਾਂਦੀ ਆ। ਸਾਡੀ ਨੂੰਹ ਨੇ ਇੱਕ ਕਹਿ ਕੇ ਗੱਲ ਮੁਕਾ ਦਿੱਤੀ, ਤੁਹਾਡੀ ਗੱਲ ਤਾਂ ਉਹ ਆ ਕਿ ਖੋਤੇ ਗੱਲ ਲਾਲ ਪਿਆ, ਤੁਸੀਂ ਇਸ ਸ਼ਰੀਫ਼ ਅਤੇ ਸਮਝਦਾਰ ਕੁੜੀ ਨੂੰ ਨਹੀਂ ਸਮਝਦੇ, ਮੈਨੂੰ ਕਿੱਥੇ ਸਮਝਣਾ। ਉਹ ਦੋਨੋਂ ਬੋਲਦੇ ਰਹੇ, ਕਹਿੰਦੀ ਰੋਂਦੀ ਰਹੀ, ਨੂੰਹ ਸਾਡੀ ਕੰਮ ਮੁਕਾਉਂਦੀ ਰਹੀ। ਕਈ ਸਾਲ ਸਾਡੇ ਘਰ ਇਸੇ ਤਰ੍ਹਾਂ ਗੱਲਾਂ ਚੱਲਦੀਆਂ ਰਹੀਆਂ। ਆਖਰ ਨਿੰਮੀ ਦਾ ਵਿਆਹ ਕਨੇਡਾ ਵਿੱਚ ਹੀ ਹੋ ਗਿਆ। ਉਹਦੇ ਸੱਸ ਸਹੁਰਾ ਸਾਡੇ ਨਾਲੋਂ ਪੜ੍ਹੇ ਲਿਖੇ ਅਤੇ ਜਵਾਨ ਸਨ, ਉਹਨਾਂ ਸਾਰਿਆਂ ਦਾ ਆਪਸ ਵਿੱਚ ਸੂਤ ਸੀ। ਫਿਰ ਵੀ ਜੇ ਕਿਤੇ ਮਾੜੀ ਮੋਟੀ ਗੱਲ ਹੋਣੀ ਤਾਂ ਛੇਤੀ ਮੁੜ ਕੇ ਠੀਕ ਹੋ ਜਾਣੀ। ਇਹਨਾਂ ਸਾਰੀਆਂ ਦੀਆਂ ਗੱਲਾਂ ਹੁੰਦੇ ਸੁਣਦੇ ਅਸੀਂ ਸਾਰੇ ਪਰਿਵਾਰ ਦਿਨਾਂ ਸੁਦਾ ਉੱਪਰ ਹੀ ਇਕੱਠੇ ਹੁੰਦੇ ਸੀ, ਰਲ ਕੇ ਖਾਣਾ ਪੀਣਾ, ਬੱਚਿਆਂ ਦੇ ਜਨਮ ਦਿਨ ਮਨਾਉਣੇ, ਹੱਸਣਾ ਹਸਾਉਣਾ। ਗੱਲ ਕੀ, ਜਿਵੇਂ ਇੱਧਰਲੇ ਬੱਚੇ ਕਹਿੰਦੇ ਹੁੰਦੇ ਆ ਨਾ ਕਿ ਬਹੁਤ ਫਨ ਕਰਨਾ। ਫਿਰ ਸਮੇਂ ਦੀ ਚਾਲ ਨੇ ਬੱਚੇ ਵੱਡੇ ਕਰ ਦਿੱਤੇ, ਜਨਮ ਦਿਨ ਮਨਾਉਣੋਂ ਛੁੱਟ ਗਏ, ਰਲ ਬੈਠਣ ਦੇ ਮੌਕੇ ਵੀ ਘੱਟ ਗਏ। ਗੋਗੀ ਸਾਡੇ ਵੀ ਵੈਨਕੂਵਰ ਸੋਹਣਾ ਕੰਮ ਮਿਲ ਗਿਆ, ਉਸਨੇ ਉੱਥੇ ਹੀ ਘਰ ਲੈ ਲਿਆ। ਅਸੀਂ ਮੀਆਂ ਬੀਬੀ ਐਬਸਫੋਰਡ ਵਿਚਲੇ ਘਰ ਵਿੱਚ ਹੀ ਰਹੇ, ਸਾਨੂੰ ਪੈਨਸ਼ਨ ਲੱਗੀ ਹੋਈ ਆ, ਗੁਜ਼ਾਰਾ ਸੋਹਣਾ ਹੋਈ ਜਾਂਦਾ। ਗਰਮੀਆਂ ਵਿੱਚ ਫਾਰਮਾਂ ਵਿੱਚ ਕੈਸ਼ ਕੰਮ ਵੀ ਕਰ ਲਈਦਾ, ਜਿਹਦੇ ਨਾਲ ਤਿੱਤ ਤਿਉਹਾਰਾਂ ਉੱਪਰ ਬੱਚਿਆਂ ਨੂੰ ਤੋਹਫੇ ਤੋਹਫੇ ਵੀ ਦੇਈਦੇ ਆ। ਜ਼ਿੰਦਗੀ ਸੋਹਣੀ ਚੱਲੀ ਜਾ ਰਹੀ ਆ। ਫਿਰ ਵੀ ਮੇਰਾ ਪਿਛਲੇ ਕੁ ਦਿਨਾਂ ਤੋਂ ਦਿਲ ਕਰੀ ਜਾਂਦਾ ਹੈ ਕਿ ਅੱਗੇ ਵਾਂਗੂ ਫਿਰ ਇਕੱਠੇ ਹੋਈਏ ਅਤੇ ਬੈਠ ਕੇ ਗੱਲਾਂ ਬਾਤਾਂ ਕਰੀਏ। ਇਸ ਵਿਚਾਰ ਨੂੰ ਅਸਲੀ ਜਾਮਾ ਦੇਣ ਲਈ ਮੈਂ ਆਪਣੀ ਪਤਨੀ ਨੂੰ ਕਿਹਾ, ਬਖਸੀਸ ਕੁਰੇ, ਮੇਰਾ ਦਿਲ ਕਰਦਾ ਹੈ ਕਿ ਇੱਕ ਦਿਨ ਆਪਾਂ ਸਾਰੇ ਇਕੱਠੇ ਹੋਈਏ, ਜਿਵੇਂ ਪਹਿਲਾਂ ਹੁੰਦੇ ਸੀ, ਇੱਕ ਦਿਨ ਸਾਰਿਆਂ ਨੂੰ ਆਪਾਂ ਰੋਟੀ 'ਤੇ ਬੁਲਾ ਲਈਏ। ਤੁਹਾਨੂੰ ਚੰਗਾ ਭਲਾ ਪਤਾ ਮੇਰੇ ਕੋਲੋਂ ਹੁਣ ਅੱਗੇ ਵਾਂਗ ਥੋੜ੍ਹਾ ਕੰਮ ਹੁੰਦਾ। ਪਤਨੀ ਲੰਮਾ ਜਿਹਾ ਸਾਹ ਖਿੱਚ ਕੇ ਕਿਹਾ, ਝੱਟ ਮੇਰੇ ਗੋਡੇ 'ਤੇ ਢੂਹੀ ਦੁਖਣ ਲੱਗ ਜਾਂਦੀ ਆ। ਇਸ ਤਰ੍ਹਾਂ ਕਰਦੇ ਹਾਂ, ਗੋਗੀ ਦੇ ਘਰ ਪ੍ਰੋਗਰਾਮ ਬਣਾ ਲੈਂਦੇ ਹਾਂ, ਮੈਂ ਆਪਣੀ ਪਤਨੀ ਨੂੰ ਸੁਝਾਅ ਦਿੱਤਾ। ਅੱਜ ਸ਼ਾਮ ਨੂੰ ਗੋਗੀ ਨੂੰ ਫੋਨ ਕਰਕੇ ਪੁੱਛੀ, ਪੰਜੇ ਦਿਨ ਵੋਟੀ ਕੰਮ 'ਤੇ ਜਾਂਦੀ ਆ। ਪਤਨੀ ਨੇ ਸਾਫ਼ ਜਵਾਬ ਦੇ ਦਿੱਤਾ, ਛੁੱਟੀ ਵਾਲੇ ਦਿਨ ਉਹਨੀ 100 ਕੰਮ ਕਰਨੇ ਹੁੰਦੇ ਆ, ਉਹਨਾਂ ਦਾ ਵਿਹਲਾ। ਆਹੋ, ਗੱਲ ਤਾਂ ਤੇਰੀ ਠੀਕ ਆ, ਮੈਂ ਉਸ ਨਾਲ ਸਹਿਮਤ ਹੁੰਦੇ ਕਿਹਾ, ਹੁਣ ਤਾਂ ਉਹਨਾਂ ਨੂੰ ਨਿਆਣੇ ਵੀ ਆਪ ਛੱਡਣੇ ਅਤੇ ਚੁੱਕਣੇ ਪੈਂਦੇ ਆ। ਜਦੋਂ ਇੱਥੇ ਰਹਿੰਦੇ ਸੀ ਉਦੋਂ ਤਾਂ ਮੈਂ ਹੀ ਇੰਨਾ ਕੁ ਕੰਮ ਕਰ ਦਿੰਦੀ ਸੀ। ਤੁਸੀਂ ਇੱਦਾਂ ਕਰੋ, ਸਾਰਿਆਂ ਨੂੰ ਰੈਸਟੋਰੈਂਟ 'ਚ ਬੁਲਾ ਲਓ, ਪਤਨੀ ਨੇ ਸਲਾਹ ਦਿੱਤੀ। ਗੋਗੀ ਨਾਲ ਵੀ ਇਹਦੇ ਬਾਰੇ ਸਲਾਹ ਕਰ ਲਿਓ, ਰੈਸਟੋਰੈਂਟ ਵਿੱਚ ਖਰਚਾ ਜ਼ਿਆਦਾ ਨਹੀਂ ਹੋ ਜਾਵੇਗਾ? ਕਿੰਨਾ ਕੁ ਜ਼ਿਆਦਾ ਹੋਣ ਲੱਗਿਆ? ਪਤਨੀ ਨੇ ਕਿਹਾ, ਆਪਣੇ ਨਿਆਣੇ ਉੱਪਰ ਹੀ ਕਰਨਾ, ਕਿਸੇ ਹੋਰ 'ਤੇ ਥੋੜ੍ਹਾ ਕਰਨਾ। ਇਹ ਸਾਰੀ ਸਲਾਹ ਕਰਨ ਲਈ ਗੋਗੀ ਨੂੰ ਫੋਨ ਕੀਤਾ। ਗੋਗੀ, ਬਹੁਤ ਚਿਰ ਹੋ ਗਿਆ ਆਪਾਂ ਸਾਰਿਆਂ ਨੂੰ ਇਕੱਠੇ ਹੋਇਆ, ਤੇਰੀ ਬੀਬੀ ਨੇ ਅਤੇ ਮੈਂ ਸਲਾਹ ਕੀਤੀ ਆ ਕਿ ਆਉਂਦੇ ਸੰਡੇ ਨੂੰ ਆਪਾਂ ਸਾਰੇ ਰੋਟੀ ਉੱਪਰ ਇਕੱਠੇ ਹੋਈਏ। ਇਕੱਠੇ ਕਿੱਥੇ ਹੋਣਾ, ਗੋਗੀ ਨੇ ਕਿਹਾ, ਨਾਲੇ ਸੰਡੇ ਨੂੰ ਨਹੀਂ ਹੋਣਾ, ਉਦਣ ਸ਼ਾਮ ਨੂੰ ਗੈਰੀ ਦੀ ਗੇਮ ਆ ਰੈਸਟੋਰੈਂਟ ਵਿੱਚ, ਘਰ 'ਚ ਤਾਂ ਬੀਬੀ ਤੇਰੀ ਤੋਂ ਕੰਮ ਹੁੰਦਾ ਨਹੀਂ, ਮੈਂ ਕਿਹਾ।
ਜੇ ਸੰਡੇ ਨਹੀਂ ਤਾਂ ਤੁਸੀਂ ਦੱਸ ਦਿਓ ਕਿਸ ਦਿਨ ਤੁਹਾਡਾ ਵਿਹਲਾ। ਤੁਸੀਂ ਕਿੰਦੀ ਅਤੇ ਨਿੰਮੀ ਨੂੰ ਵੀ ਪੁੱਛ ਲਓ। ਗੋਗੀ ਕਹਿਣ ਲੱਗਾ, ਉਹ ਕਦੋਂ ਵਿਹਲੀਆਂ ਨੇ? ਉਹਨੇ ਵੀ ਕਈ ਥਾਂ ਨਿਆਣੇ ਪਾਇਓ ਆ। ਓਕੇ, ਉਹਨਾਂ ਨੂੰ ਪੁੱਛ ਕੇ ਤੈਨੂੰ ਦੱਸਾਂਗੇ। ਕੋਈ ਨਹੀਂ, ਦੱਸ ਦਿਓ ਫਿਰ ਬਣਾ ਲਾਂਗੇ ਪ੍ਰੋਗਰਾਮ। ਉਸੇ ਸ਼ਾਮ ਮੈਂ ਕਿੰਦੀ ਕੇ ਫੋਨ ਕੀਤਾ। ਕਿੰਦੀ ਦੀ ਸੱਸ ਨੇ ਫੋਨ ਚੁੱਕਿਆ ਤਾਂ ਮੈਂ ਕਿਹਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਉਸਨੇ ਪਹਿਲੇ ਹੀ ਨਹੋਰੇ ਵਾਂਗ ਕਿਹਾ। ਕਿੰਦੀ ਹੈ ਨਹੀਂ ਘਰੇ? ਚਲੋ ਕੋਈ ਗੱਲ ਨਹੀਂ, ਮੈਂ ਕਿਹਾ, ਮੈਂ ਤੁਹਾਨੂੰ ਹੀ ਦੱਸ ਦਿੰਦਾ, ਇੱਕ ਦਿਨ ਆਪਾਂ ਸਾਰਿਆਂ ਨੇ ਰੈਸਟੋਰੈਂਟ ਵਿੱਚ ਇਕੱਠੇ ਹੋਣਾ, ਪਹਿਲਾਂ ਵਾਂਗ ਹੀ ਗੱਲਾਂ ਬਾਤਾਂ ਕਰਾਂਗੇ। ਅਸੀਂ ਤਾਂ ਚੌਥੇ ਨੂੰ ਇੰਡੀਆ ਜਾਣਾ, ਉਸਨੇ ਆਵਾਜ਼ ਵਿੱਚ ਗਰੂਰ ਭਰ ਕੇ ਕਿਹਾ। ਬਾਕੀ ਤੁਸੀਂ ਆਪੇ ਜਿੰਦਰ ਨਾਲ ਗੱਲ ਕਰ ਲਿਓ। ਇਹ ਕਹਿ ਕੇ ਉਹਨੇ ਫੋਨ ਰੱਖ ਹੀ ਦਿੱਤਾ ਅਤੇ ਨਾਲ ਬੋਲ ਰਹੀ ਸੀ, ਹੂੰ ਕੱਲ੍ਹ ਅਜੇ ਪਿੰਡੋਂ ਆਏ ਆ, ਹੁਣ ਖਾਣ ਲਈ ਹੋਟਲਾਂ ਨੂੰ ਵੀ ਤੁਰ ਪਏ। ਖੈਰ, ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਅਗਲੇ ਤੋਂ ਅਗਲੇ ਹਫ਼ਤੇ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 6 ਵਜੇ ਸਰੀ ਇੱਕ ਰੈਸਟੋਰੈਂਟ ਵਿੱਚ ਪ੍ਰੋਗਰਾਮ ਬਣ ਗਿਆ। ਸ਼ਨੀਵਾਰ ਤੜਕੇ ਹੀ ਖੁਸ਼ੀ ਨਾਲ ਮੇਰੀ ਜਾਗ ਖੁੱਲ੍ਹ ਗਈ। ਮੈਂ ਆਵਾਜ਼ਾਂ ਮਾਰ ਮਾਰ ਕੇ ਪਤਨੀ ਨੂੰ ਜਗਾਉਣ ਲੱਗਿਆ, ਬਖਸੀਸ ਕੋਰੇ ਉੱਟ ਕੜ, ਚਾਹ ਚੋ ਬਣਾ ਲੈ, ਅੱਜ ਆਪਾਂ ਸਰੀ ਨੂੰ ਵੀ ਤਾਂ ਜਾਣਾ। ਸਰੀ ਨੂੰ ਹੁਣੇ ਤੁਰ ਪੈਣਾ? ਪਤਨੀ ਨੇ ਖਿੱਚ ਕੇ ਕਿਹਾ, ਤੁਹਾਨੂੰ ਤਾਂ ਇੱਦਾਂ ਚਾਹ ਚੜਿਆ ਜਿਵੇਂ ਮੁੰਡੇ ਨੂੰ ਵਿਆਹੁਣ ਜਾਣਾ ਹੋਵੇ। ਚਾਹ ਤਾਂ ਹੈਗਾ ਹੀ ਆ, ਮੈਂ ਬਿਸਤਰੇ 'ਚੋਂ ਉੱਠਦੇ ਕਿਹਾ। ਇੰਨਾ ਚਿਰ ਬਾਅਦ ਸਾਰੇ ਟੱਬਰ ਨੇ ਇਕੱਠਾ ਹੋਣਾ, ਮੈਂ ਤਾਂ ਅਜੇ ਠਹਿਰ ਕੇ ਉੱਠਣਾ, ਪਤਨੀ ਨੇ ਜਵਾਬ ਦਿੱਤਾ। ਤੁਸੀਂ ਨਹਾ ਕੇ ਪਾਠ ਕਰ ਲਓ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਮੈਂ ਅਜੇ ਗੁਰਬਾਣੀ ਦੀ ਇਸ ਤੁੱਕ ਉੱਪਰ ਹੀ ਸੀ ਕਿ ਮੇਰੀ ਪਤਨੀ ਵੀ ਉੱਠ ਗਈ। ਚਾਹ ਪੀਂਦਾ ਮੈਂ ਮਿੰਟ ਕੋ ਮਗਰੋਂ ਘੜੀ ਵੱਲ ਦੇਖਣ ਲੱਗ ਜਾਂਦਾ। ਮੈਨੂੰ ਇਸ ਤਰ੍ਹਾਂ ਲੱਗੇ ਜਿਵੇਂ ਘੜੀ ਇੱਕ ਥਾਂ ਹੀ ਖੜੋ ਗਈ ਹੋਵੇ। ਮਸੀਂ ਜਾ ਕੇ 1 ਵਜਿਆ। ਮੈਂ ਆਪਣੀ ਪਤਨੀ ਨੂੰ ਕਿਹਾ, ਚੱਲ ਫਿਰ ਹੋ ਜਾ ਤਿਆਰ। ਹਾਏ ਹਾਏ, ਤੁਸੀਂ ਤਾਂ ਹੱਦ ਹੀ ਕਰ ਛੱਡੀ। ਮੇਰੀ ਪਤਨੀ ਰੋਟੀ ਵਾਲੇ ਭਾਂਡੇ ਧੋਂਦੀ ਰਸੋਈ ਵਿੱਚੋਂ ਬੋਲੀ, ਮੈਂ ਤਾਂ ਘੜੀ ਬਿੰਦ ਪਹਿਲਾਂ ਆਰਾਮ ਕਰਨਾ ਫਿਰ ਤਿਆਰ ਹੋਣਾ। ਹੁਣੇ ਜਾ ਕੇ ਕੀ ਕਰਨਾ ਉੱਥੇ? ਕਿੱਥੇ ਮੈਂ ਤੁਹਾਨੂੰ ਦੱਸ ਬੈਠੀ ਕਿ ਰੈਸਟੋਰੈਂਟ ਵਿੱਚ ਇਕੱਠੇ ਹੋ ਲਓ। ਪਤਨੀ ਦੀ ਗੱਲ ਭਾਵੇਂ ਠੀਕ ਹੀ ਸੀ, ਪਰਿਵਾਰ ਨਾਲ ਇਕੱਠੇ ਬੈਠਣ ਦੀ ਖੁਸ਼ੀ ਤਾਂ ਸੀ, ਪਰ ਜ਼ਿਆਦਾ ਚਾਹ ਗੱਲਾਂ ਕਰਨ ਦਾ ਸੀ। ਪਤਨੀ ਆਰਾਮ ਕਰਨ ਲਈ ਸੋਫੇ 'ਤੇ ਪੈ ਗਈ। ਮੈਂ ਸੋਹਣੀ ਧੁੱਪ ਦੇਖ ਕੇ ਬਾਹਰ ਨਿਕਲ ਗਿਆ। ਕਿਆਰੀਆਂ ਵਿੱਚੋਂ ਕੱਖ ਡੀਲਾ ਚੁਗਣ ਲੱਗ ਗਿਆ ਤਾਂ ਸਾਡੇ ਘਰ ਦੇ ਚੌਥੇ ਘਰ ਵਾਲਾ ਖਾਨਪੁਰੀਆ ਸੂਬੇਦਾਰ ਆ ਗਿਆ। ਕੀ ਗੱਲ ਭਾਈ ਸਾਹਿਬ, ਅੱਜ ਠੰਡ ਵਿੱਚ ਹੀ ਕਿਆਰੀਆਂ ਗੁੱਡਣ ਲੱਗੇ ਹੋਏ ਹਾਂ? ਮੇਰੇ ਕੋਲ ਆਉਂਦੇ ਉਸਨੇ ਕਿਹਾ, ਅਜੇ ਹੋਰ ਪੱਧਰੇ ਦਿਨ ਆਉਣ ਦਿਓ, ਐਵੇਂ ਠੰਡ ਲਗਾ ਬੈਠੋਂਗੇ। ਮੈਂ ਉਸਨੂੰ ਕਿਵੇਂ ਦੱਸਦਾ ਕਿ ਅੱਜ ਹੋਣ ਵਾਲੀ ਮੁਲਾਕਾਤ ਠੰਡ ਵਿੱਚ ਵੀ ਮੈਨੂੰ ਨਿੱਘ ਦੇ ਰਹੀ ਆ। ਪਰਿਵਾਰ ਨਾਲ ਗੱਲਾਂ ਕਰਨ ਦੀ ਰੀਝ ਕਿਸੇ ਮੋਟੀ ਜੈਕਟ ਤੋਂ ਘੱਟ ਨਹੀਂ ਕੰਮ ਕਰ ਰਹੀ। ਇਹਨਾਂ ਗੱਲਾਂ ਨੂੰ ਮੈਂ ਆਪਣੇ ਵਿੱਚ ਹੀ ਛੁਪਾਉਂਦਾ ਮੈਂ ਬੋਲਿਆ, ਧੁੱਪ ਸੋਹਣੀ ਦੇਖ ਕੇ ਬਹਾਨੇ ਨਾਲ ਬਾਹਰ ਨਿਕਲਿਆ। ਹੋਰ ਕਿਆਰੀਆਂ ਤਾਂ ਕੀ ਗੁੱਡਣੀਆਂ, ਨਿਕਲਿਆ ਤਾਂ ਮੈਂ ਵੀ ਧੁੱਪ ਦੇਖ ਕੇ ਹਾਂ, ਸੂਬੇਦਾਰ ਨੇ ਕਿਹਾ। ਆ ਜਾਓ, ਬਲਾਕ ਦੇ ਦੁਆਲੇ ਗੇੜਾ ਕੱਢ ਕੇ ਆਈ। ਸਟੋਰ ਨੂੰ ਤਾਂ ਮੈਂ ਵੀ ਜਾਣਾ ਸੀ, ਬਖਸੀਸ ਕੌਰ ਦੀ ਦੱਸੀ ਗੱਲ ਯਾਦ ਕਰਦਿਆਂ ਕਿਹਾ।
ਸੇਬ ਲਿਆਉਣੇ ਸੀ। ਆ ਜਾਓ ਫਿਰ। ਮੈਂ ਸੂਬੇਦਾਰ ਨਾਲ ਤੁਰ ਪਿਆ। ਵਿੱਚੋਂ ਫਿਕਰ ਸੀ ਕਿਤੇ ਰੈਸਟੋਰੈਂਟ ਜਾਣ ਵਿੱਚ ਲੇਟ ਨਾ ਹੋ ਜਾਵਾਂ। ਛੇਤੀ ਛੇਤੀ ਕਦਮ ਪੁੱਟਦਾ ਮੈਂ ਸੂਬੇਦਾਰ ਨਾਲੋਂ ਅੱਗੇ ਨਿਕਲ ਗਿਆ ਤਾਂ ਉਸਨੇ ਮੈਨੂੰ ਪਿੱਛੋਂ ਆਵਾਜ਼ ਮਾਰੀ, ਖੜੋ ਜਾਓ, ਮੈਨੂੰ ਵੀ ਰਲਾ ਲਓ। ਉਹਦੀ ਗੱਲ ਸੁਣ ਮੈਂ ਖਲੋ ਗਿਆ ਅਤੇ ਸੂਬੇਦਾਰ ਜੀ ਨਾਲ ਕਦਮ ਮਿਲਾ ਕੇ ਚੱਲਣ ਲੱਗਿਆ। ਰੁਕਦੇ ਤੁਰਦੇ ਅਸੀਂ ਗੱਲਾਂ ਕਰਦੇ ਸਟੋਰ ਪਹੁੰਚ ਗਏ। ਮੈਂ ਸਟੋਰ ਤੋਂ ਸੇਬ ਚੁੱਕ ਲਏ ਅਤੇ ਸੂਬੇਦਾਰ ਨੇ ਕੇਲੇ। ਬੈਗ ਚੁੱਕ ਬਾਹਰ ਹੀ ਨਿਕਲੇ ਸੀ ਕਿ ਫਿਰ ਚਿੰਤਾ ਹੋਈ, ਪਤਾ ਨਹੀਂ ਕੀ ਟਾਈਮ ਹੋ ਗਿਆ ਹੋਊ। ਬਾਹਰੋਂ ਹੀ ਆਉਣ ਕਾਰਨ ਘੜੀ ਅੰਦਰ ਹੀ ਰਹਿ ਗਈ ਸੀ। ਇਹੀ ਸੋਚ ਕੇ ਮੈਂ ਕਿਹਾ, ਸੂਬੇਦਾਰ ਜੀ ਪਤਾ ਕੀ ਟਾਈਮ ਹੋ ਗਿਆ ਹੋਊ? ਉਹ ਸਾਹਮਣੇ ਆਪਣਾ ਮੁੰਡਾ ਹੀ ਲੱਗਦਾ, ਸੂਬੇਦਾਰ ਨੇ ਰਾਏ ਦਿੱਤੀ। ਆਵਾਜ਼ ਮਾਰੋ ਖਾਂ ਉਸ ਨੂੰ, ਟਾਈਮ ਦਾ ਪਤਾ ਲੱਗ ਜੂ। 3-4 ਵਾਰੀ ਕਾਕਾ ਕਾਕਾ ਜੀ ਕਹਿ ਕੇ ਉਸ ਨੂੰ ਆਵਾਜ਼ ਮਾਰੀ, ਪਰ ਉਸਨੇ ਕੁਝ ਨਹੀਂ ਸੁਣਿਆ, ਸਗੋਂ ਸਿੱਧਾ ਆਪਣੇ ਧਿਆਨ ਤੁਰੀ ਗਿਆ। ਬੋਲਦਾ ਹੀ ਨਹੀਂ, ਮੈਂ ਹੌਲੀ ਜਿਹੀ ਕਿਹਾ, ਖਬਰੇ ਸੁਣਿਆ ਹੀ ਨਹੀਂ। ਸੁਣਨਾ ਕੀ ਆ, ਸੂਬੇਦਾਰ ਨੇ ਦੱਸਿਆ, ਖੋਪੇ ਜੇ ਤਾਂ ਕੰਨਾਂ ਨੂੰ ਚਾੜੇ ਹੋਆ। ਇੱਦਾਂ ਹੀ ਪਿਛਲੇ ਹਫ਼ਤੇ ਇੱਕ ਕੁੜੀ ਗੱਡੀ ਹੇਠ ਆ ਕੇ ਮਰ ਗਈ। ਕੰਨਾਂ ਨੂੰ ਇੱਦਾਂ ਦੇ ਖੋਪੇ ਜੇ ਚਾੜ ਕੇ ਪਤਾ ਨਹੀਂ ਕੀ ਸੁਣੀ ਜਾਵੇ। ਉੱਧਰੋਂ ਗੱਡੀ ਆ ਗਈ, ਲੋਕਾਂ ਉਸਨੂੰ ਬਥੇਰੇ ਹੌਰਨ ਮਾਰੇ, ਆਵਾਜ਼ਾਂ ਮਾਰੀਆਂ, ਪਰ ਭਾਈ ਸਾਹਿਬ ਮੈਨੂੰ ਲੱਗਦਾ ਉਹਨੂੰ ਉਦੋਂ ਹੀ ਪਤਾ ਲੱਗਿਆ ਹੋਊ ਜਦੋਂ ਗੱਡੀ ਥੱਲੇ ਆ ਗਈ। ਨਵੀਆਂ ਨਵੀਆਂ ਚੀਜ਼ਾਂ ਆਈ ਜਾਂਦੀਆਂ ਨੇ, ਨਿਆਣੇ ਇਹਨਾਂ ਵਿੱਚ ਗੁਆਚੀ ਜਾਂਦੇ ਆ। ਇਹਨਾਂ ਚੀਜ਼ਾਂ ਦਾ ਤਾਂ ਕੋਈ ਦੋਸ਼ ਨਹੀਂ, ਸੂਬੇਦਾਰ ਨੇ ਸੋਚ ਕੇ ਕਿਹਾ। ਇਹ ਤਾਂ ਚੀਜ਼ਾਂ ਵਰਤਣ ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਕਦੋਂ ਅਤੇ ਕਿੱਥੇ ਚੀਜ਼ ਨੂੰ ਵਰਤਣਾ ਚਾਹੀਦਾ। ਸੂਬੇਦਾਰ ਜੀ ਨਾਲ ਗੱਲਾਂ ਕਰਦਾ ਕਰਾਉਂਦਾ ਮੈਂ ਘਰ ਪਹੁੰਚਿਆ ਤਾਂ ਪਤਨੀ ਸੂਟ ਪਾ ਕੇ ਤਿਆਰ ਬੈਠੀ ਦੀ ਸੀ। ਮੈਨੂੰ ਦੇਖ ਕੇ ਬੋਲੀ, ਸਵੇਰ ਦੇ ਦੁਹਾਈ ਪਾਈ ਜਾਂਦੇ ਹੋ ਕਿ ਤਿਆਰ ਹੋ ਜਾ, ਤਿਆਰ ਹੋ ਜਾ। ਤਿਆਰ ਹੋਣ ਦਾ ਵੇਲਾ ਆ ਤਾਂ ਪਤਾ ਨਹੀਂ ਕਿੱਧਰ ਨੂੰ ਤੁਰ ਪਏ, ਜਾਣਾ ਕਿੱਥੇ ਸੀ? ਸੂਬੇਦਾਰ ਹੋਰਾਂ ਨਾਲ ਗੇੜਾ ਕੱਢਣ ਚਲਿਆ ਗਿਆ ਸੀ। ਆਉਂਦਾ ਹੋਇਆ ਸਟੋਰੋਂ ਸੇਬ ਲੈ ਆਇਆ। ਮੈਂ ਸੇਬਾਂ ਵਾਲਾ ਪੀਲਾ ਬੈਗ ਰੋਟੀ ਵਾਲੇ ਮੇਜ਼ 'ਤੇ ਰੱਖਦਾ ਬੋਲਿਆ, ਮੈਂ ਤਾਂ 2 ਮਿੰਟਾਂ ਵਿੱਚ ਕੱਪੜੇ ਪਾ ਲੈਣੇ ਆ। ਮੈਂ ਕਿਹਾ, ਜੀ ਤੁਸੀਂ ਅੱਜ ਕੋਟ ਪੈਂਟ ਹੀ ਪਾ ਲਓ। ਪਤਨੀ ਬੋਲੀ, ਨਿਆਣਿਆਂ ਨਾਲ ਫੋਟੋ ਵੀ ਖਿਚਵਾਵਾਂਗੇ। ਪਤਨੀ ਦੀ ਇਸ ਗੱਲ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਟੱਬਰ ਨਾਲ ਬੈਠਣ ਦਾ ਮੈਨੂੰ ਇਕੱਲੇ ਨੂੰ ਚਾਅ ਨਹੀਂ ਸੀ, ਉਸ ਨੂੰ ਵੀ ਆ। ਇਹੋ ਜਿਹੀਆਂ ਸੋਚਾਂ ਸੋਚਦਾ ਮੈਂ ਝਟਪਟ ਤਿਆਰ ਹੋ ਕੇ ਪਤਨੀ ਨਾਲ ਬੈਠ ਗਿਆ। ਜਦੋਂ ਕਾਰ ਦੀ ਘੜੀ 'ਤੇ ਨਿਗਾਹ ਮਾਰੀ ਤਾਂ ਦੇਖਾਂ 6 ਵੱਜਣ ਵਿੱਚ ਅਜੇ ਕਾਫੀ ਟਾਈਮ ਪਿਆ ਸੀ। ਪਤਨੀ ਨੇ ਵੀ ਇਹੋ ਹੀ ਗੱਲ ਕੀਤੀ, ਅਜੇ ਤਾਂ ਬਹੁਤ ਟਾਈਮ ਪਿਆ 6 ਵੱਜਣ ਨੂੰ। ਕੋਈ ਨਹੀਂ, ਆਪਾਂ ਹੌਲੀ ਹੌਲੀ ਚੱਲਦੇ ਹਾਂ, ਮੈਂ ਕਿਹਾ। ਜੇ ਪਹਿਲਾਂ ਪਹੁੰਚ ਗਏ ਤਾਂ ਫਿਰ ਪਿੰਡ ਵਾਲੇ ਗੱਜਣ ਸਿੰਘ ਦੇ ਘਰ ਫਿਰ ਆਪਾਂ ਆਵਾਂਗੇ। ਕਿੰਨਾ ਚਿਰ ਹੋ ਗਿਆ ਉਸਨੂੰ ਮਿਲਿਆ, ਫੋਨ ਤਾਂ ਉਹਨਾਂ ਨੂੰ ਕੀਤਾ ਨਹੀਂ। ਪਤਨੀ ਬੋਲੀ, ਬਗੈਰ ਫੋਨ ਕਿਵੇਂ ਜਾਵਾਂਗੇ? ਲੈ ਫੋਨ ਦਾ ਕੀ ਆ, ਘਰ ਗਿਆ ਨੂੰ ਘਰੋਂ ਥੋੜ੍ਹਾ ਕੱਢਣ ਲੱਗੇ ਆ। ਮੈਂ ਨਹੀਂ ਇੱਦਾਂ ਜਾਣਾ, ਕਈ ਵਾਰੀ ਅਗਲੇ ਦਾ ਘਰ ਆਪਣਾ ਕੋਈ ਪ੍ਰੋਗਰਾਮ ਹੁੰਦਾ, ਕੋਈ ਹੋਰ ਆਇਆ ਹੁੰਦਾ, ਛੁੱਟੀ ਦਾ ਦੇਣਾ। ਪਤਨੀ ਦੀ ਗੱਲ ਵੀ ਮੈਨੂੰ ਠੀਕ ਲੱਗੀ, 6 ਕਿੱਥੇ ਵਜਾਈਏ? ਇਹ ਸੋਚਦਾ ਸਰੀ ਨੂੰ ਜਾਂਦੀ ਸੜਕ ਉੱਪਰ ਕਾਰ ਦੌੜਾਈ ਗਿਆ। ਫਿਰ ਇੱਕਦਮ ਖਿਆਲ ਆਇਆ ਕਿ ਗੁਰਦੁਆਰੇ ਜਾ ਆਈਏ।
ਕੀਤਾ ਵੀ ਅਸੀਂ ਐਵੇਂ। ਸਕੋਟ ਰੋਡ 'ਤੇ ਗੁਰਦੁਆਰੇ ਮੱਥਾ ਟੇਕਿਆ, ਪ੍ਰਸ਼ਾਦ ਲੈ ਥੋੜ੍ਹੀ ਦੇਰ ਕੀਰਤਨ ਸੁਣਿਆ। ਸੰਗਤ ਤਾਂ ਕਾਫੀ ਜੁੜੀ ਹੋਈ ਸੀ, ਸ਼ਾਇਦ ਕਿਸੇ ਮਰਗ ਦਾ ਭੋਗ ਵੀ ਸੀ। 6 ਵਜਣ ਨੂੰ ਅਜੇ 15 ਕੁ ਮਿੰਟ ਸੀ, ਅਸੀਂ ਰੈਸਟੋਰੈਂਟ ਨੂੰ ਤੁਰ ਪਏ। ਰੈਸਟੋਰੈਂਟ ਦੇ ਅੱਗੇ ਬਣੇ ਕਾਊਂਟਰ ਦੇ ਕੋਲ ਖਲੋਤੀ ਕੁੜੀ ਨੂੰ ਮੈਂ ਦੱਸਿਆ ਕਿ ਅਸੀਂ ਇੰਨੇ ਕੁ ਜਣਿਆਂ ਨੇ ਹੋਣਾ, ਤਾਂ ਉਹ ਬੋਲੀ ਤੁਹਾਨੂੰ ਫੋਨ ਕਰਕੇ ਟੇਬਲ ਰਿਜ਼ਰਵ ਕਰਾਉਣੇ ਚਾਹੀਦੇ ਸੀ। ਰੈਸਟੋਰੈਂਟ ਵਿੱਚ 4 ਤਾਂ ਬੰਦੇ ਬੈਠੇ ਆ। ਬਖਸੀਸ ਕੌਰ ਬੋਲੀ, ਹੁਣ ਨਹੀਂ ਟੇਬਲ ਮਿਲ ਸਕਦਾ? ਕੁੜੀ ਕੁਝ ਬੋਲੀ ਤਾਂ ਨਹੀਂ, ਪਰ ਉਸਨੇ ਮੇਰੇ ਪਰਿਵਾਰ ਦੇ ਬੈਠਣ ਦਾ ਇੰਤਜ਼ਾਮ ਕਰ ਦਿੱਤਾ। ਅਸੀਂ ਟੇਬਲ ਮੱਲ ਕੇ ਨਿਆਣੇ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੇ। ਛੇਤੀ ਹੀ ਵਾਰੀ ਵਾਰੀ ਸਭ ਪੁੱਜ ਗਏ। ਵੱਡੀ ਕੁੜੀ ਦੇ ਸੱਸ ਸਹੁਰਾ ਇੰਡੀਆ ਨੂੰ ਚਲੇ ਗਏ ਸੀ, ਪਰ ਛੋਟੀ ਦੇ ਵੀ ਨਾ ਆਏ। ਮੈਂ ਪੁੱਛਿਆ ਤਾਂ ਜਵਾਈ ਨੇ ਦੱਸਿਆ ਪਾਪਾ ਜੀ ਅਤੇ ਮੰਮੀ ਦੀ ਸਹੇਲੀ ਦੇ ਪੋਤੇ ਦਾ ਬਰਥਡੇ ਸੀ, ਮੰਮੀ ਡੈਡੀ ਤਾਂ ਉੱਥੇ ਗਏ ਆ। ਪੋਤੇ ਪੋਤੀਆਂ ਦੋਤੇ ਦੋਤੀਆਂ ਬਹੁਤ ਹੀ ਪਿਆਰ ਨਾਲ ਜੱਫੀਆਂ ਪਾ ਕੇ ਮਿਲੇ, ਦਿਲ ਬਹੁਤ ਖੁਸ਼ ਹੋਇਆ। ਛੇਤੀ ਹੀ ਇੱਕ ਹੋਰ ਕੁੜੀ ਆ ਗਈ ਅਤੇ ਕਾਲੀਆਂ ਜੀਆਂ ਕਾਪੀਆਂ ਦੇ ਗਈ। ਜਦੋਂ ਵਾਪਸ ਪਾਣੀ ਦੇ ਗਲਾਸ ਲੈ ਕੇ ਆਈ ਤਾਂ ਸਾਰਿਆਂ ਨੇ ਕਾਪੀਆਂ 'ਚੋਂ ਪੜ੍ਹ ਪੜ੍ਹ ਕੇ ਆਪਣੀ ਪਸੰਦ ਦੀਆਂ ਚੀਜ਼ਾਂ ਉਸ ਕੁੜੀ ਨੂੰ ਲਿਖਵਾ ਦਿੱਤੀਆਂ। ਮੈਂ ਗੱਲਬਾਤ ਸ਼ੁਰੂ ਹੀ ਕੀਤੀ ਸੀ ਕਿ ਗੋਗੀ ਦਾ ਸੈਲਰ ਫੋਨ ਖੜਕ ਪਿਆ। ਇੱਕ ਮਿੰਟ ਪਾਪਾ ਜੀ, ਇਹ ਕਹਿ ਕੇ ਉਹ ਫੋਨ ਚੁੱਕ ਕੇ ਬਾਹਰ ਨੂੰ ਤੁਰ ਪਿਆ। ਵੱਡੀ ਕੁੜੀ ਕਿੰਦੀ ਨਾਲ ਗੱਲ ਛੇੜੀ, ਕਦੋਂ ਕੁ ਵਾਪਸ ਮੁੜਨਾ ਤੇਰੇ ਸੱਸ ਸਹੁਰੇ ਨੇ? ਛੇਤੀ ਆ ਜਾਣਾ, ਉਸਨੇ ਅਜੇ ਇੰਨਾ ਹੀ ਕਿਹਾ ਸੀ ਕਿ ਉਹਦਾ ਫੋਨ ਗੜੈਂ ਗੜੈਂ ਕਰਨ ਲੱਗਿਆ। ਇੱਕ ਮਿੰਟ ਪਾਪਾ ਜੀ, ਮੈਸੇਜ ਆਇਆ ਲੱਗਦਾ। ਉਸਨੇ ਫੋਨ ਪਰਸ 'ਚੋਂ ਕੱਢਦੇ ਕਿਹਾ, ਲੈ ਕੰਮ ਵਾਲਿਆਂ ਦਾ। ਕਹਿੰਦੇ ਆ ਇੱਕ ਕੁੜੀ ਦਾ ਕੰਮ ਉੱਪਰ ਹੱਥ ਕੱਟ ਗਿਆ, ਜੇ ਆ ਸਕਦੀਆਂ ਤਾਂ ਹੁਣੇ ਆ ਜਾ। ਕਿੱਦਾਂ ਕਰਾਂ? ਅਸੀਂ ਤਾਂ ਕੁਝ ਨਾ ਬੋਲੇ, ਪਰ ਕਿੰਦੀ ਦਾ ਪ੍ਰਾਹੁਣਾ ਸਾਡਾ ਜਵਾਈ ਕਹਿਣ ਲੱਗਿਆ, ਦੇਖ ਲੈ ਜੇ ਜਾ ਸਕਦੀਆਂ ਤਾਂ ਚਲੀ ਜਾ, ਦੇਖ ਕਿਸੇ ਟਾਈਮ ਆਪ ਵੀ ਖੜ੍ਹੇ ਪੈਰ ਲੋੜ ਪੈ ਜਾਂਦੀ ਆ, ਕੰਮ ਵਾਲੇ ਵੀ ਖੁਸ਼ ਰਹਿੰਦੇ ਆ। ਕਿੰਦੀ ਦੇ ਚਲੀ ਜਾਣ ਤੋਂ ਬਾਅਦ ਅਸੀਂ ਆਪਣਾ ਧਿਆਨ ਛੋਟੀ ਕੁੜੀ ਨਿੰਮੀ ਅਤੇ ਬਹੂ ਰਾਣੀ ਵੱਲ ਕੀਤਾ, ਪਰ ਉਹਨਾਂ ਦੀਆਂ ਅੱਖਾਂ ਸਾਡੇ ਵੱਲ ਘੱਟ ਅਤੇ ਫੋਨਾਂ ਉੱਪਰ ਜ਼ਿਆਦਾ ਰਹੀਆਂ। ਕੋਈ ਫੇਸਫੂਸ ਬੁੱਕ ਦੀਆਂ ਗੱਲਾਂ ਕਰਦੀਆਂ, ਫੋਟੋ ਇੱਕ ਦੂਜੀ ਨੂੰ ਦਿਖਾਉਂਦੀਆਂ ਸੀ। ਗੋਗੀ ਅਤੇ ਵੱਡੇ ਜਵਾਈ ਨੂੰ ਛੋਟਾ ਪ੍ਰਾਹੁਣਾ ਫੋਨ 'ਤੇ ਕੁਝ ਦਿਖਾਈ ਜਾਵੇ, ਉਹ ਤਿੰਨੇ ਹੱਸੀ ਜਾਣ। ਮੈਂ ਪੁੱਛਿਆ, ਕੀ ਦੇਖ ਕੇ ਹੱਸੀ ਜਾਂਦੇ ਹੋ? ਸਾਡੇ ਨਾਲ ਵੀ ਕੋਈ ਗੱਲ ਕਰ ਲਓ। ਕੁਛ ਨਹੀਂ ਪਾਪਾ ਜੀ, ਆ ਯੂਟਿਊਬ 'ਤੇ ਕੁਛ ਦੇਖਦੇ ਹਾਂ। ਮੇਰਾ ਦਿਲ ਕਰੇ ਕਿ ਕਹਾਂ, ਯੂਟਿਊਬ ਤਾਂ ਰੋਜ਼ ਹੀ ਦੇਖਦੇ ਹੋਵੋਗੇ, ਅੱਜ ਪਾਪੇ ਵੱਲ ਵੀ ਦੇਖ ਲਓ। ਪਰ ਮੈਂ ਚੁੱਪ ਚਾਪ ਵਾਰੋ ਵਾਰੀ ਉਹਨਾਂ ਦੇ ਚਿਹਰੇ ਤੱਕਦਾ ਰਿਹਾ। ਦੋਤੇ ਦੋਤੀਆਂ ਪੋਤੇ ਪੋਤੀਆਂ ਦੇ ਤਾਂ ਮੈਂ ਚਿਹਰੇ ਵੀ ਚੰਗੀ ਤਰ੍ਹਾਂ ਨਹੀਂ ਸੀ ਦੇਖੇ, ਕਿਉਂਕਿ ਉਹਨਾਂ ਆਪਣੇ ਚਿਹਰੇ ਫੋਨਾਂ ਉੱਪਰ ਪੂਰੇ ਝੁਕਾਏ ਹੋਏ ਸੀ ਅਤੇ ਉਹਨਾਂ ਦੀਆਂ ਉਂਗਲਾਂ ਫੋਨਾਂ ਦੇ ਬਟਨ ਇੰਜ ਦੱਬ ਰਹੀਆਂ ਸੀ ਜਿਵੇਂ ਪੱਠੇ ਕੁਤਰਨ ਵਾਲੀ ਬਿਜਲੀ ਦੀ ਮਸ਼ੀਨ ਚੱਲ ਰਹੀ ਹੋਵੇ। ਉਹ ਤਾਂ ਰੋਟੀ ਖਾਂਦੇ ਵੀ ਫੋਨਾਂ ਵਿੱਚ ਹੀ ਚੁਭਰੇ ਰਹੇ। ਉਹਨਾਂ ਸਾਡੇ ਨਾਲ ਤਾਂ ਕੀ ਗੱਲ ਕਰਨੀ, ਆਪਸ ਵਿੱਚ ਵੀ ਘੱਟ ਹੀ ਗੱਲ ਕਰ ਰਹੇ ਸੀ। ਮੇਰੀ ਗੱਲਾਂ ਕਰਨ ਦੀ ਤਾਂਗ ਜਿਉਂ ਦੀ ਤਿਉਂ ਹੀ ਰਹੀ, ਪਰ ਇਹ ਤਾਂਗ ਮੈਂ ਹੁਣ ਰੱਖਣੀ ਨਹੀਂ ਸੀ ਚਾਹੁੰਦਾ। ਮੈਂ ਸਾਫ਼ ਨੈਪਕਿਨ ਚੁੱਕਿਆ ਅਤੇ ਉਸ ਨਾਲ ਆਪਣੇ ਹੱਥ ਇਸ ਤਰ੍ਹਾਂ ਸਾਫ਼ ਕਰਨ ਲੱਗਾ
ਜਿਵੇਂ ਆਪਣਾ ਗੱਲਾਂ ਕਰਨ ਦਾ ਚਾਅ ਆਪਣੇ ਅੰਦਰੋਂ ਪੂੰਝ ਰਿਹਾ ਹੋਵਾਂ। ਉਸ ਨੈਪਕਿਨ ਨੂੰ ਖਾਣਾ ਖਾਣ ਵਾਲੀ ਪਲੇਟ ਵਿੱਚ ਰੱਖਦੇ ਹੋਏ ਆਪਣੀ ਪਤਨੀ ਨੂੰ ਕਿਹਾ, ਚੱਲੀਏ ਫਿਰ। ਉਸ ਨੇ ਵੀ ਮੈਨੂੰ ਇੰਝ ਹੀ ਦੇਖਿਆ, ਜਿਵੇਂ ਕਹਿ ਰਹੀ ਹੋਵੇ, ਇਕੱਠੇ ਹੋ ਕੇ ਗੱਲਾਂ ਕਰਨ ਦਾ ਆ ਗਿਆ ਸਵਾਦ। ਇਹ ਸੋਚ ਕੇ ਮੈਂ ਆਪ ਹੀ ਮੁਸਕਰਾ ਪਿਆ। ਹੁਣ ਹੱਸੀ ਕਿਉਂ ਜਾਂਦੇ ਹੋ, ਜਾ ਕੇ ਬਿੱਲ ਦਿਓ, ਪਤਨੀ ਨੇ ਕਿਹਾ। ਹੁਣ ਨਾਲੇ ਤੁਸੀਂ ਵੀ ਫੋਨ ਲੈ ਹੀ ਲਓ, ਬੋਲਣ ਦਾ ਤਾਂ ਰਿਵਾਜ਼ ਹੀ ਘੱਟ ਗਿਆ। ਲੱਗਦਾ ਨਹੀਂ ਸੀ ਕਿ ਨਿਆਣੇ ਨੇ ਮੇਰੀ ਪਤਨੀ ਦੀ ਗੱਲ ਸਮਝੀ, ਕਿਉਂਕਿ ਮੁੰਡਾ ਅਤੇ ਜਵਾਈ ਇਕੱਠੇ ਹੀ ਬੋਲੇ, ਪਾਪਾ ਜੀ ਤੁਹਾਨੂੰ ਵੀ ਹੁਣ ਸੈਲਰ ਫੋਨ ਤਾਂ ਜ਼ਰੂਰ ਲੈਣਾ ਚਾਹੀਦਾ, ਅੱਜ ਕੱਲ੍ਹ ਫੋਨ ਤੋਂ ਬਗੈਰ ਕਾਹਦੀ ਜ਼ਿੰਦਗੀ। ਪਰ ਜਦੋਂ ਮੈਂ ਐਪਸਫੋਰਡ ਨੂੰ ਵਾਪਸ ਮੁੜਨ ਲਈ ਕਾਰ ਸਟਾਰਟ ਕਰਨ ਲੱਗਿਆ ਤਾਂ ਪਤਨੀ ਬੋਲੀ, ਜੀ ਮੈਂ ਕਹਿੰਦੀ ਹਾਂ ਤੁਸੀਂ ਕਿਤੇ ਸੱਚੀ ਨਾ ਫੋਨ ਲੈ ਲਿਓ, ਫਿਰ ਮੇਰੇ ਨਾਲ ਗੱਲਾਂ ਕੌਣ ਕਰੂ। ਮੈਂ ਨਹੀਂ ਲੈਣਾ, ਜੇ ਲੈ ਲਿਆ ਫਿਰ ਤਾਂ ਆਪਾਂ ਜੋ ਆਪਸ ਵਿੱਚ ਗੱਲਾਂ ਕਰਦੇ ਹਾਂ ਉਹਨਾਂ ਦੀ ਵੀ ਮੌਤ ਹੋ ਜਾਣੀ ਆ। ਇਹ ਕਹਿ ਕੇ ਮੈਂ ਕਾਰ ਤੋਰ ਲਈ। ਕੀ ਸੱਚਮੁੱਚ ਬੱਚਿਆਂ ਦੀ ਜ਼ਿੰਦਗੀ 'ਚ ਹੁਣ ਸਾਡੀ ਕੋਈ ਲੋੜ ਨਹੀਂ? ਕੀ ਸੱਚਮੁੱਚ ਸਾਡੇ ਰਿਸ਼ਤਿਆਂ 'ਤੇ ਮੋਬਾਈਲ ਸੋਸ਼ਲ ਮੀਡੀਆ ਭਾਰੂ ਹੋ ਗਿਆ? ਇਹ ਮੇਰੇ ਸਵਾਲ ਲਈ ਜਵਾਬ ਤੁਸੀਂ ਦਿਓ ਜੀ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ। ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ, ਤਦ ਤੱਕ ਆਪਣਾ ਅਤੇ ਆਪਣਿਆਂ ਦਾ ਖਿਆਲ ਰੱਖਿਓ ਜੀ। ਧੰਨਵਾਦ।